very good. God is here. Hate it, hate it. Very good. Do you ask to a top of that? You know, to this. Oh. Ah, Phil, I am not tempted. Drama ki shuru kar baithe hain, musibat hi pa baitha main. Oye, Tazeer, arai, ki bane, ki bane drama da? Tusi to pehle hai. ਉਹ ਪਹਿਲਾਂ ਵੀ ਆ ਗਏ ਨੇ ਸਭ ਕੁਝ ਹੋ ਗਿਆ ਡਰਾਮੇ ਦੀ ਤਿਆਰੀ ਪੂਰੀ ਹੈ ਅੱਛਾ ਸਾਰੇ ਸਜਾਉਂਦੇ ਆਰਟਸ ਆਏ ਨੇ ਕੰਟੀਨ ਤੋਂ ਬਹੁਤ ਮੇਰੀ ਜਾਨ ਤੁਹਾਡਾ ਫੱਟਾ ਪੈ ਕੋ ਤਿਆਰ ਹੈ ਸਾਡਾ ਫੱਟਾ ਕਿਹੜਾ ਤੇ ਤਬਰਾ ਫਲਾਉਣੀ ਉਹ ਨਹੀਂ ਯਾਰ ਕੀ ਹੋਗਾ ਤੈਨੂੰ ਅੱਜ ਦੇ ਬਾਅਦ ਐਕਟਰਾਂ ਦਾ ਨਾਂ ਨਹੀਂ ਲਿਖਦੇ ਉਹ ਫੱਟਾ ਅੱਛਾ ਮੈਂ ਸਮਝਿਆ ਉਹ ਫੱਟਾ ਜਿਹਦੇ ਪਹਿਲਵਾਨ ਨੂੰ ਆਣਾ ਉਹ ਕੀ ਹੋ ਗਿਆ ਮੈਨੂੰ ਫੈਰ ਤੇ ਨਹੀਂ ਖਾਣਾ ਤੂੰ ਗੰਜ ਮੰਜ ਨਿਕਲ ਗਿਆ ਬੰਦੇ ਦਾ ਪੁੱਤਰ ਮਾਨ ਗਾ ਸੁਣ ਅੱਛਾ ਇਹਨੂੰ ਵੀ ਸਮਝਾ ਅੱਛਾ ਇਹਨੂੰ ਕਿਉਂ ਕਿਹੜਾ ਜੋ ਪੇਂਟਰ ਜਿਹੜਾ ਉਹ ਜਿਹੜਾ ਬੈਨਰ ਲਿਖਦਾ ਐਕਟਰਾਂ ਦੇ ਹਾਂ ਹਾਂ ਆਪਣੀ ਮਰਜ਼ੀ ਨਾਲ ਨਾਂ ਬੈਠੇ ਛੋੜੇ ਲਿਖਦੇ ਤੂੰ ਜਿਹੜੀ ਕੁੜੀ ਨੂੰ ਮੱਲੇ ਕੋਈ ਮੂੰਹ ਨਹੀਂ ਲਾਉਂਦਾ ਉਹ ਮੈਨੂੰ ਫੋਨ ਕਰ ਕਹਿੰਦੀ ਮੇਰਾ ਨਾਮ ਛੋਟਾ ਆ ਸਮਝਾ ਮੈਂ ਕਹੀ ਹਾਂ ਨਹੀਂ ਲੱਗਦਾ ਇਸ ਗੱਲ ਦੀ ਟੈਂਸ਼ਨ ਤੁਸੀਂ ਲੈਣੀ ਮੈਂ ਆਪ ਸਮਝਾ ਲਾਂਗਾ ਆ ਬੇਕੋ ਸੀ ਉਹ ਮੇਰੇ ਮਾਲਕਾ ਉਹ ਹੋ ਗਿਆ ਕੀ ਹਾਂ ਉਹ ਸ਼ੌਕੀ ਬਾਹਰ ਖਲੋਤਾ ਯਾਰ ਉਹਨੂੰ ਤਾਂ ਬੁਲਾਓ ਸ਼ੌਕੀ ਆ ਸ਼ਗਿਰਦ ਆਪਣਾ ਅੱਛਾ ਬੜਾ ਜ਼ਹਿਰੀ ਬੱਚਾ ਹੈ ਬੁਲਾਣਾ ਬੁਲਾਣਾ ਓ ਸ਼ੌਕੀ ਓਏ ਕੀ ਗੱਲ ਹੈ ਬੁਲਾਣ ਓਏ ਅੰਦਰ ਆ ਤਰ ਓਏ ਸ਼ੌਕੀ ਬੜਾ ਜ਼ਹਿਰੀ ਬੱਚਾ ਸ਼ੌਕੀ ਡਰਾਮਾ ਡਰਾਮਾ ਡਾਇਰੈਕਟਰ ਗਈ ਡਰਾਮਾ ਨਹੀਂ ਹੋ ਰਿਹਾ ਹੋ ਰਿਹਾ ਚਾਰ ਦਿਨ ਹੋ ਗਏ ਡਰਾਮਾ ਕਿਉਂ ਨਹੀਂ ਹੋ ਰਿਹਾ ਓਏ ਸ਼ੌਕੀ ਓਏ ਓਏ ਕਿਉਂ ਨਹੀਂ ਹੋ ਰਿਹਾ ਓਏ ਸ਼ੌਕੀ ਆਪਾਂ ਕੀ ਹੋ ਗਿਆ ਭਲਾਂ ਤੇਰੀ ਭੈਣ ਦਾ ਸੇਵਰ ਗਿਰ ਵੀ ਪਿਆ ਆਹ ਪੁੱਤਰੇ ਤੇ ਡਰਾਮਾ ਨਹੀਂ ਹੋ ਰਿਹਾ ਓਏ ਕਈ ਹਾਲ ਕੀ ਹੋ ਗਿਆ ਤੁਹਾਨੂੰ ਓਏ ਉਹ ਕੰਮ ਕਾਮ ਕਰ ਨਾ ਪੁੱਤ ਨਾ ਮੇਰੇ ਬੱਚਿਆ ਨਾ ਕੀ ਹੋ ਗਿਆ ਬੜਾ ਸਾਰੀ ਬੱਚਾ ਇੱਕ ਮਿੰਟ ਚ ਕੋਲ ਨਾ ਪੁੱਤਰ ਨਾ ਐ ਨਹੀਂ ਕਰਨਾ ਸ਼ੌਕੀ ਨਾ ਨਾ ਇਹ ਨਾ ਕਰ ਆ ਵੇਖ ਛੱਡ ਦੇ ਜਾਣ ਦੇ ਉਹ ਡਾਇਰੈਕਟਰ ਹੀ ਭੈਣ ਦਾ ਸੇਵਰ ਗਿਰ ਵੀ ਪਿਆ ਤੂੰ ਵੀ ਕਰਨ ਦੇ ਉਹ ਭਲਾਂ ਤਾਂ ਦੀ ਤੇ ਪਰੇਸ਼ਾਨ ਆ ਕਿ ਤੇਰੀ ਭੈਣ ਦਾ ਸੇਵਰ ਗਿਰ ਵੀ ਪੁੱਤ ਨਾ 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 ਮੇਰੇ ਬੱਚਿਆ ਨਾ ਪਿਸਤੌਲ ਅੰਦਰ ਰੱਖ ਅੰਦਰ ਰੱਖ ਡਰਾਮਾ ਧਿਆਨ ਕਰ ਓਏ ਕੀ ਕਰਨ ਦਾ ਓ ਅੱਲਾਹ ਮੈਂ ਪਰਦਾ ਖੋਲ ਚਾਹ ਦੇ ਭਾਂਡੇ ਲੈਣ ਆਇਆ ਓਏ ਓਏ ਡਾਇਰੈਕਟਰ ਕਿਤੇ ਡਾਇਰੈਕਟਰ ਕਿਤੇ ਬੜਾ ਸਾਰੀ ਬੱਚਾ ਕੰਮ ਛੱਡ ਗਿਆ ਬੜਾ ਸਾਰੀ ਬੱਚਾ ਅੱਛਾ ਜੀ ਤੁਹਾਨੂੰ ਪਤਾ ਹੀ ਨਹੀਂ ਠਹਿਰ ਜੀ ਹਾਂ ਠਹਿਰ ਇੱਕ ਮਿੰਟ ਇੱਕ ਮਿੰਟ ਨਾ ਮੇਰੇ ਬੱਚਿਆ ਨਾ ਐਵੇਂ ਸਾਡੇ ਹੱਥ ਵੇਖ ਨਾ ਕਰ ਜ਼ਹਿਰੀ ਬੜਾ ਜ਼ਹਿਰੀ ਤੇ ਬਾਹਰ ਬਣ ਕੇ ਆਓ ਉਹ ਨਾ ਕਰੀ ਕੁਝ ਫਾਇਰ ਕੱਟ ਮਾਰਦਾ ਮੈਨੂੰ ਤੋਂ ਪਹਿਲੇ ਨਾ 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 ਨਹੀਂ ਕਰਨਾ ਨਾ ਓਏ ਨਾ ਐ ਮੇਰੇ ਤੇ ਉਹ ਵਾਸਤਾ ਤੇਰੀ ਵਜ੍ਹਾ ਤੋਂ ਕੱਲ ਮੈਨੂੰ ਲక్ష్ਮੀ ਚੌਂਕ ਤੋਂ ਮਾਰ ਪਈ ਨਾ ਕਰ ਤੂੰ ਮੇਰੇ ਹੱਥ ਜੋੜ ਕੇ ਨਾ ਤੇ ਬੰਦੇ ਨੂੰ ਦੁੜਾ ਦੇ ਬਸ ਕਰ ਦੇ ਬੜਾ ਜ਼ਹਿਰੀ ਇਹਦੀ ਮਾਂ ਦਾ ਵਿਆਹ ਹੋਇਆ ਸੁਹਾਗ ਰਾਤ ਵਾਲੇ ਦਿਨ ਇਹਦੇ ਪਿਓ ਨੇ ਕੋਈ ਬਦਤਮੀਜ਼ ਕੀਤੀ ਹੈ ਇਹਨੇ ਕੱਢ ਫਾਇਰ ਪਿਓ ਦੇ ਗਿੱਟਿਆਂ ਤੇ ਮਾਰਤਾ ਸਿੱਧਾ ਬੜਾ ਜ਼ਹਿਰੀ ਹੈ ਯਾ ਅੱਬਾ ਦੂਸਰਾ ਵਿਆਹ ਕਰੇਗਾ ਤੇ ਗੋਲੀ ਤੇ ਖਾਏਗਾ ਨਾ ਹਾਂ ਕੰਮ ਤਾਂ ਸਹੀ ਮੇਰੀ ਗੱਲ ਸੁਣੋ ਜਨਾਬ ਹੋਏ ਡਰਾਮਾ 9 ਵਜੇ ਸ਼ੁਰੂ ਹੋਏਗਾ ਆ ਪਹਿਲੇ ਹੱਥ ਤਿੰਨ ਗਾਣੇ ਪਹਿਲੇ ਹੱਥ ਤਿੰਨ ਗਾਣੇ ਇਜਾਜ਼ਤ ਲੈ ਲਈਏ ਉੱਤੇ ਤਿੱਕਰ ਗੱਲ ਹੋਈ ਏ ਜਨਾਬ ਸਖਤੀ ਬੜੀ ਏ ਕੀ ਕਰ ਓਏ ਬੈ ਜਾ ਸਾਨੂੰ ਸਖਤੀ ਓਏ ਸਾਨੂੰ ਓਏ ਓ ਸ਼ਕੀ ਓ ਕੀ ਹੋ ਗਿਆ ਨਾ ਕਰ ਓ ਨਾ ਕਰ ਅਗਲਾ ਅੱਗੋ ਕੱਢ ਮਾਰੇ ਚੰਗਾ ਰਹੇਗਾ ਕੀ ਹੋਏ ਨਾ ਕਰ ਨਾ ਕਰ ਭਲਾਂ ਨੂੰ ਆਮ ਆਦਮੀ ਨਾ ਸਮਝਣਾ ਭਲਾਂ ਨੂੰ ਕੋਈ ਆਮ ਬੰਦਾ ਸਮਝਣ ਓਏ ਅਸੀਂ ਕੋਈ ਅੱਜ ਦੇ ਬਦਮਾਸ਼ੀ ਵੇ ਅੱਲਾ ਮੇਰਾ ਜਾਣਦਾ ਅੱਲਾ ਓਏ ਹੋਏ ਸੁਣਾ ਪੁੱਤਰ ਸੁਣਾ ਭਲਾਂ ਕੋਈ ਅੱਜ ਦਾ ਬਦਮਾਸ਼ ਨਹੀਂ ਅੱਛਾ ਬਚਪਨ ਤੋਂ ਬਦਮਾਸ਼ੀ ਕਰਨ ਦਿਆ ਛੋਟੇ ਹੁੰਦੇ ਆ ਛੋਟੇ ਹੁੰਦੇ ਦੇ ਬਦਮਾਸ਼ ਭਲਾਂ 5ਵੀਂ ਜਮਾਤ ਵਿੱਚ ਪੜਦਾ 5ਵੀਂ ਆ ਮੈਂ 5ਵੀਂ ਪੜਦਾ ਉਹ ਫਿਰ ਇੱਕ 9ਵੀਂ ਦੇ ਮੁੰਡੇ ਨੇ ਭਲਾਂ ਦੇ ਨਾਲ ਕੀਤੀ ਹੈ ਬਦਮਾਸ਼ੀ ਆ ਆ ਕਿਹੜੀ ਬਦਮਾਸ਼ੀ ਪਾਣਨੇ ਆਏ ਭਲਾਂ ਤੇਰੇ ਰੁਤਬੇ ਬੁਲੰਦ ਕਰਕੇ ਜਾਣੇ ਰਾਜ ਹੈ ਬਿਲਕੁਲ ਰੁਤਬੇ ਬੁਲੰਦ ਹੋਣਗੇ ਮੁੰਡਾ 12ਵੀਂ ਤੋਂ ਕਰ 12ਵੀਂ ਭਲਵਾਨ ਨੇ ਝਾਕੇ ਲਥੇ ਨੇ ਓਏ ਨਹੀਂ ਭਲਵਾਨ ਘਬਰਾਉਂਦਾ ਘਬਰਾਉਂਦਾ ਨਹੀਂ ਨੋ 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 ਓਏ ਤੋੜਾ ਲਵਾਈਆਂ ਨੇ ਪੁਲਸਾਂ ਦੀਆਂ ਭਲਵਾਨ ਨੇ ਵਾਕਿਆ ਸੁਣਾ ਓਏ ਵਾਕਿਆ ਯਾਦ ਆਇਆ ਭਲਵਾਨ ਦਾ ਤੋੜਾ ਲਵਾਈ ਅੱਲਾ ਮਾਫ ਕਰੇ ਆਪਣੇ ਡੇਰੇ ਤੇ ਬੈਠਿਆ ਭਲਵਾਨ ਅੱਛਾ ਰੇਟ ਪੈ ਗਈ ਰੇਟ ਪੈ ਗਈ ਪੁੱਠਾ ਹੋ ਗਿਆ ਜੁਆ ਹੋ ਰਿਹਾ ਸੀ ਆਪਾਂ ਫੇਰ ਆਪਾਂ ਦੇ ਵੀ ਜੁਆ ਹੋ ਰਿਹਾ ਹਾਂ ਰੇਟ ਪੈ ਗਈ ਹਾਂ ਹਾਂ ਹਾਏ ਹਾਏ ਨਾ ਪੁੱਛ ਨਾ ਹਾਏ ਨਹੀਂ ਨਹੀਂ ਜੋ ਹੋਇਆ ਦੱਸ ਭਲਵਾਨ ਘਬਰਾਇਆ ਨਹੀਂ ਨਾ ਮੈਂ ਨਹੀਂ ਘਬਰਾਇਆ ਪੁਲਸਾਂ ਦੀਆਂ ਤੋੜਾ ਲੱਗੇ ਪੁਲਸ ਅੱਗੇ ਗਿਆ ਮੈਂ ਪਿੱਛੇ ਪਿੱਛੇ ਪੁਲਸ ਅੱਗੇ ਭਲਵਾਨ ਪਿੱਛੇ ਪਿੱਛੇ ਪੁਲਸ ਅੱਗੇ ਭਲਵਾਨ ਪਿੱਛੇ ਪਿੱਛੇ ਐ ਕਰਕੇ ਇੱਕ ਮੋੜ ਆਇਆ ਪੁਲਸ ਮੁੜੀ ਹੈ ਤੇ ਭਲਵਾਨ ਦੀ ਨਜ਼ਰ ਇੱਕ ਬੱਚੇ ਤੇ ਗਈ ਹੈ ਕੁਲਫੀ ਖਾਣ ਦੇ ਸੀ ਆ ਕੀ ਕਰਨ ਦੇ ਆ ਕੀ ਕਰਨ ਦੇ ਭਲਵਾਨ ਨੂੰ ਹੋਇਆ ਸੀ ਨਜ਼ਰ ਗਈ ਗਈ ਸੀ ਨਜ਼ਰ ਗਈ ਹੋਣੀ ਮੈਂ ਭਲਵਾਨ ਦਾ ਮੈਨੂੰ ਪਤਾ ਲੱਗਾ ਕਿ ਉਹਦੀ ਬੱਚੇ ਦੀ ਨਜ਼ਰ ਭਲਵਾਨ ਦੀ ਨਜ਼ਰ ਬੱਚੇ ਤੇ ਤੇ ਬੱਚੇ ਦੇ ਮੈਂ ਸਦਕੇ ਜਾਵਾਂ ਭਲਵਾਨ ਦੇ ਹੱਥ ਨਹੀਂ ਆਇਆ ਸ਼ੇਖਾਂ ਦਾ ਸੀ ਆ ਮੇਰੇ ਹੱਥ ਨਹੀਂ ਆਇਆ ਨਹੀਂ ਆਇਆ ਨਹੀਂ ਆ ਲੇਕਿਨ ਭਲਵਾਨ ਦੇ ਵੀ ਸਦਕੇ ਜਾਵਾਂ ਅਖੀਰ ਜਾ ਕੇ ਬੱਚੇ ਨੂੰ ਇਹਨੇ ਫੜਿਆ ਫੜਨੇ
ਤੇ ਬੱਚੇ ਤੇ ਮੈਂ ਫਿਰ ਸਦਕੇ ਜਾਵਾਂ। ਹਾਏ ਹਾਏ ਉਹਨੇ ਭਲਵਾਨ ਨੂੰ ਕੁਲਫੀ ਨਹੀਂ ਦਿੱਤੀ, ਹਾਏ ਹਾਏ ਸਿੱਧੀ ਨਾਲੀ ਚ ਸੁੱਟ ਦਿੱਤੀ। ਭਲਵਾਨ ਸ਼ੁਕਰ ਕਰ ਮੈਂ ਧੋਆ ਲਈ, ਤੂੰ ਤੇ ਉਂਝ ਖਾ ਗਿਆ ਸੀ। ਉਹ ਖਾ ਗਿਆ ਹੋਣਾ, ਮੈਨੂੰ ਪਤਾ ਲੱਗਦਾ ਭਲਵਾਨ ਨਾਲ ਮੈਨੂੰ ਪਤਾ ਲੱਗਦਾ। ਕੁਛ ਨੀ ਭਲਵਾਨ ਜੀ, ਇਹਨਾਂ ਨੂੰ ਕੀ ਪਤਾ ਹੋਵੇ ਕਾਲਾ ਸ਼ਾਹ ਕਾਕੂ ਜਿਹੜਾ ਤੁਹਾਡਾ ਦੰਗਲ ਹੋਇਆ। ਕਾਕੂ ਇਧਰੋਂ ਕਾਲਾ ਭਲਵਾਨ ਨਿਕਲਿਆ, ਕੋਈ ਰੌਲਾ ਜਦੋਂ ਸਾਡਾ ਭਲਵਾਨ ਨਿਕਲਿਆ ਰੋਟੀ ਉੱਠ ਕੇ ਖਲੋ ਗਏ। ਭਲਵਾਨ ਲੰਗੋਟੀ ਬੰਨਣਾ ਭੁੱਲ ਗਿਆ ਸੀ। ਭਲਵਾਨ ਕੋਈ ਇੱਕ ਵਾਕਿਆ ਪਹਿਲੇ ਦੱਸ, ਕੁੜੀ ਸਾਈਨ ਕੀਤੀ ਕਿ ਨਹੀਂ? ਉਹ ਕੁੜੀ ਵੀ ਗੱਲ ਨੀ ਸਾਈਨ, ਤੂੰ ਵਾਕਿਆ ਸੁਣਾ। ਭਲਵਾਨ ਨੇ ਇੱਕ ਵਾਰੀ ਕੱਟੀ ਆ ਮਫਰੂਰੀ, ਮਫਰੂਰੀ ਕੱਟੀ ਪੰਜ ਛੇ ਕਦੋਂ ਲੋਕ ਸਾਡੇ ਕੋਲ, ਮੈਂ ਤੇ ਛੋਟੀ ਕੱਠੇ ਹੀ ਚੰਗਲਾ ਹੀ ਮਫਰੂਰੀ ਕੱਟ ਰਿਹਾ। ਸੁਬਾ ਸੁਬਾ ਮੈਂ ਤੇ ਛੋਟੀ ਮਸਵਾਕ ਕਰਦੇ ਲੱਗੇ ਜਾ ਰਿਹਾ, ਸਵੇਰੇ ਸੁਬਾ ਸੁਬਾ ਸਾਹਮਣੇ ਸ਼ੇਰ ਆ ਗਿਆ। ਓਏ ਹੋਏ, ਸ਼ੇਰ ਮੈਨੂੰ ਵੇਖਿਆ, ਮੈਂ ਸ਼ੇਰ ਨੂੰ ਵੇਖਿਆ, ਸ਼ੇਰ ਮੈਨੂੰ ਪਛਾਣ ਗਿਆ, ਚੁੱਪ ਕਰਕੇ ਨਿਕਲ ਗਿਆ। ਭਲਵਾਨ ਨਿਕਲਿਆ ਨਹੀਂ ਸੀ, ਸ਼ੇਰ ਨੇ ਤੈਨੂੰ ਵੇਖਿਆ, ਇੱਕ ਪਾਸੇ ਸ਼ੇਰ ਇੱਕ ਪਾਸੇ ਸੂਰ। ਭਲਵਾਨ ਨੇ ਘਬਰਾਇਆ, ਮੇਰੇ ਕੋਲੋਂ ਭਲਵਾਨ ਨੇ ਬੰਦੂਕ ਲਈ ਤੇ ਸਿੱਧੀ ਕੀਤੀ, ਸਿੱਧੀ ਪੁੜਪੁੜੀ ਸ਼ੇਰ ਦੇ, ਸ਼ੇਰ ਫੁੜ ਕੇ ਮਰ ਗਿਆ, ਮਰ ਗਿਆ ਸ਼ੇਰ, ਮਰ ਗਿਆ ਤੇ ਸੂਰ ਐ ਖਲੋਤਾ। ਮੈਡਮ ਨੇ ਫੋਨ ਕੀਤਾ ਭਲਵਾਨ ਨੇ ਜਾ ਕੇ ਠਾਪਾ ਠੂਪਾ ਲਾਈਆਂ ਬੰਦਿਆਂ ਨੂੰ। ਉਸ ਦਿਨ ਦਾ ਭਲਵਾਨ ਨੇ ਭਲਵਾਨ ਨੂੰ ਨਾ ਮੈਡਮ ਨੇ ਪੁੱਤਰ ਬਣਾ ਲਿਆ। ਭਲਵਾਨ ਦੀ ਕਿਸ਼ਤੀ ਹੋਈ, ਰੁਤਬਾ ਬੁਲੰਦ ਕਰਾ ਲਿਆ। ਓਏ ਮੈਂ ਮੈਡਮ ਦਾ ਪੁੱਤਰ ਹਾਂ ਤੇ ਮੈਂ ਤੇਰਾ ਸਾਲਾ ਹੋਇਆ, ਨਰਕਸ ਘਰ ਤੁਹਾਡੇ ਡਰਾਮੇ ਨੇ ਨਰਕਸ ਨੂੰ ਕਾਸਟ ਕਰ ਲਿਆ। ਨਰਕਸ ਨਰਕਸ ਕਾਸਟ ਹੋ ਗਈ, ਢਾਈ ਵਜੇ ਗਿਆ ਭਲਵਾਨ ਜੀ, ਸਿੱਧੇ ਗਿਆ ਭਲਵਾਨ ਉਹਦੇ ਬੂਹੇ ਤੇ, ਉਹਨੇ ਬੈਲ ਦਿੱਤੀ ਭਲਵਾਨ ਨੇ, ਨਰਕਸ ਦੇ ਬੂਹੇ ਖੋਲਿਆ ਨਹੀਂ ਖੋਲਿਆ ਨਹੀਂ ਖੋਲਿਆ ਭਲਵਾਨ ਤੇ ਮੈਂ ਸਦਕੇ ਜਾਵਾਂ, ਢਾਈ ਘੰਟੇ ਬਾਹਰ ਕੁੱਤੇ ਨਾਲ ਬੈਠਿਆ ਰਿਹਾ। ਆਹ ਮੈਂ ਬੈਠੋ ਜਾਵਾਂ ਭਲਵਾਨ ਵਾਂਗਾ, ਮੈਨੂੰ ਪਤਾ ਲੱਗਦਾ ਮੈਂ ਬੈਠੋ ਮੈਨੂੰ ਪਤਾ ਨੀ, ਉਹਨੇ ਦਰਵਾਜ਼ਾ ਖੋਲਿਆ। ਫਿਰ ਅਸੀਂ ਕਿਹੜਾ ਮੰਦਰ ਸਾਡੇ ਕੋਲੋਂ, ਮੈਂ ਪਹਿਲੇ ਭੇਜਣ ਬੰਦੇ ਆਪਣੇ ਭਲਵਾਨ, ਨਰਕਸ ਨੇ 8 ਲੱਖ ਰੁਪਏ ਮੰਗ ਲਿਆ, ਆਪਣੀ ਪੂਰੀ ਲਾਈਫ ਚ ਨੀ ਵੇਖਿਆ ਮੇਰਾ ਜਾਣਦੇ ਲਾਲਾ ਬਸ ਛੱਡਦੇ ਜਾਂਦੇ ਭਲਵਾਨ। ਦਿਲ ਗੁਰਦੇ ਵਾਲਾ ਸੁਣਾਵਾ, ਭਲਵਾਨ ਨੇ 7 ਭੈਣਾਂ ਵਿਆਹੀਆਂ, 7 ਭੈਣਾਂ ਔਰ ਇੱਕ ਅਥਰੂ ਨੀ ਟਿਕਿਆ, ਸਦਕੇ ਜਾਵਾਂ ਮੈਂ ਭਲਵਾਨ ਦੇ, ਇੱਕ ਅਥਰੂ ਨੀ ਟਿਕਿਆ। ਉਹ ਕਿਉਂ? ਉਹਨਾਂ ਨੇ ਉਂਝ ਵੀ ਤੇ ਦੌੜ ਹੀ ਜਾਣਾ ਸੀ, ਰਾਠਾਂ ਦੇ ਰੰਗਪੁਰ ਦੇ ਰਾਠਾਂ ਦੇ ਨਾਲ ਬਦਮਾਸ਼ੀ ਪੈ ਗਈ, ਦੁਸ਼ਮਣੀ ਪੈ ਗਈ, ਰੰਗਪੁਰ ਦੇ ਰਾਠ ਸਾਨੂੰ ਤੜੀਆਂ ਨਾਲ ਸਾਡੀ ਉਹਨਾਂ ਨੇ ਦੁਸ਼ਮਣੀ ਪੈ ਗਈ। ਫਿਰ ਇੱਕ ਦਿਨ ਗਏ ਅੱਧੀ ਰਾਤੀ ਭਲਵਾਨ ਉਹਨਾਂ ਦੇ ਬੂਹੇ ਤੇ ਜਾ ਕੇ ਕਾਰ ਇੱਟਾਂ ਮਾਰ ਕੇ ਆਇਆ, ਉਹ ਘਰ ਨੀ ਹੁਣ ਮੈਂ ਇੱਟਾਂ ਮਾਰਿਆ, ਮੈਂ ਹੁਣ ਖਾਲੀ ਹੱਥ ਨੀ ਜਾਣਾ।
بندہ مرنا چاہے پلوان کا غصہ بڑا سخت ہے پلوان نے کیا پہلے بیگم نو بھیج کے کہ تم ذرا جا کے سمجھا لو جی بھابی ساڈی گئی باہر دو گھنٹے نچی پھر انہوں کا غصہ ٹھنڈا ہوا پلوان کا دے مطمئن بغیر میرا چوک لا گئے پلوان چڑیا گسا بوے تو گیا انج جا کے لت ماری کیا کنجرا میری بھن واپس کرو ہر ویلے پہلے ہاتھ تین گانے تین گانے پلوان کوئی عام آدمی نہیں جدھر لنگ جائے لوگ اٹھ کے بغیر چ بندہ لنگ لین دے رتبے تو واقعہ یاد آیا کس قسم کا پروڈیوسر کھیل لیا ہوئے گولیاں چلا رہے کس طرح کرا رہے چتر مار رہے ہوئے پتا کرو کنٹین کے ڈائریکٹر بیٹھے کی کر رہے ہیں کنٹین میں ویسا کہڑا کہڑا آیا شاپنگ کا تو بہت مزہ ہے بھائی شاپنگ کرنا تو کوئی اور تک نہ سیکھے اور پرائس کم کروانا بھی کوئی ہم سے سیکھے وہ تو سب ٹھیک ہے لیکن جس کاؤنٹر تو شاپنگ نہیں کر رہی سر وہ کاؤنٹر والا تیرے پہلے غور کر رہا ویکھ رہا سی میرا دل کرے سی میں انوں تینوں پتہ کاؤنٹر والا کیوں ویکھ رہا سی کیوں کیونکہ میں انوں اکھ ماری سی ماشاءاللہ تیرے صدقے جاواں تو کھوچل سے نہیں میں سمجھے تو کھوچل سے تو کھوچل سے قدیر صاحب قدیر صاحب نظر پی گئی ہے جناب قدیر صاحب اسی تے تانوں ویکھے نہیں ہاں جی خالی پف کڈ کے بندہ ہیرو نہیں بن جاندا کام کر کے ہونا پیندا تو کام کر رہے تین فلماں میری آن ایئر نے کیڑیاں آن ایئر ساری ڈبا ڈڈ فلاپ جانڈیاں نے او چل تو آرام نال بیٹھ سپر ہٹ فلماں دے رہا کاڈیاں سپر ہٹ بولنا تانوں آوندا نہیں ایکٹنگ تانوں آوندی نہیں سفارش دا کام لے لیندے ہو مڑ کے ایکٹر اپنے آپ نوں کہن لگ پندے او تو چھوٹا آدمی میرے منہ لگ رہے میں اس ڈرامے دا ہیرو ہاں تو چھوٹا ہوئے گا میں اسسٹنٹ ڈائریکٹر اس ڈرامے دا اچھا لے کام کر میں تیرے منہ نہیں لگنا چاہندا تے میں سب تیرے منہ لگن دیا ایڈا تو دلیپ کمار بن کے بیٹھا ہے نہ جا کے کام کر رہے ہلو اپنی زبان قابو چ رکھو اے سادی زبان قابو چ رکھو پرتھوی راج پرتھوی راج تو آپ ہوئے گا میں نے کہی ہے نا تم تمیز ہی گل کر جی تینوں نہیں تمیز تمیز نہیں تینوں بھائی صاحب بھائی صاحب جی ہائے ہائے یہ کیا ہے بھائی بھائی بچے میں تمیز ہی میں توڑ کے دے تو بندہ کی نہیں ہے
آپ لوگ آرٹسٹ ہیں یہ کیا ہو رہا ہے سب کچھ یار تھی پریشان کریں گے کٹا پٹی صاحب تمہارے صاحب یہ سب کچھ کیا ہو رہا ہے کی ہو رہا ہے ہونا کی ہے کام آتا کوئی تو بس لڑنے پی جائیں دیکھے دیکھے رائے صاحب تیری وجہ تو پتا ہوا ہونے ایتھے ماری جان تو ایتھے جگہ بنی ہے بدتمیز آدمی رائے صاحب یہ قدیر صاحب نے زیادتی کی ہے وسیم کے ساتھ اور نہیں بدتمیزی کی تھی ڈائریکٹر ہے اگلا کیسی آپ بات کر رہے ہیں انہوں نے پہلے بدتمیزی کی ہے اس کے ساتھ دیکھیں وہ آنے والا وقت کا سپر سٹار ہے جب آئے گا دیکھ لیں گے یار دیکھیں رائے صاحب جیل سادہ پتر دانا ہوئے میں لحاظ نہ کرا کچھ میں رائے صاحب کل یہ وقت میرے اوپر بھی آ سکتا ہے اوکے میں آپ کا ڈرامہ چھوڑ کر جا رہا ہوں پچیس ہزار ایڈوانس پڑے آپ صاحب تو 25 ایڈوانس دیے نا باقی آپ مجھے 75,000 دیں تو میں آپ کا ڈرامہ کروں گا کر لیں گے پروڈیوسر آئیے اگلا اور تم بھی جا کے پتو کی ڈرامہ کر چل تو کی جانی ہے رائے صاحب بتائیں نا رائے صاحب میں نے کیا کرنا آپ آپ ذرا کنٹین پہ بیٹھے میں آپ کو بتاتا ہوں کیا کرنا آپ اچھا ان حرکتوں نال پچھلا ڈرامہ نرم گیا کیڑا پچھلا ڈرامہ ہے بدتمیز آدمی اللہ نہ کٹ میں ذرا پروڈیوسر کو فون کر رہا یار کاسٹ دوڑی کا ڈرامہ بکھانے کی کاسٹ کرانگے انہوں نے کوئی نرگس میڈم پہ جو فٹافٹ ریسل کرائیے